UPI ਯਾਨੀ ਕਿ ਯੂਨੀਫਾਈਡ ਪੇਮੈਂਟਸ ਇੰਟਰਫੇਸ। ਜਦੋਂ ਤੋਂ 2016 ਦੇ ਵਿੱਚ ਨੋਟਬੰਦੀ ਹੋਈ ਹੈ ਉਦੋਂ ਤੋਂ ਹੀ ਅਸੀਂ ਇਹ ਸ਼ਬਦ ਵਾਰ ਵਾਰ ਸੁਣਿਆ ਹੋਵੇਗਾ। ਅੱਜ ਕੱਲ੍ਹ ਤੁਸੀਂ ਕਿਸੇ ਰੇਹੜੀ ਜਾਂ ਦੁਕਾਨ 'ਤੇ ਚਲੇ ਜਾਵੋ, ਉੱਥੇ ਵੀ UPI ਪੇਮੈਂਟ ਹੋ ਜਾਂਦਾ ਹੈ। ਵੱਡੇ ਤੋਂ ਵੱਡੇ ਸ਼ੋਰੂਮ ਜਾਂ ਰੈਸਟੋਰੈਂਟ 'ਤੇ ਚਲੇ ਜਾਵੋ, ਉੱਥੇ ਵੀ UPI ਨਾਲ ਪੇਮੈਂਟ ਕਰ ਸਕਦੇ ਹੋ। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਵੱਡੀ ਗਿਣਤੀ 'ਚ ਇਸ ਵੇਲੇ UPI ਰਾਹੀਂ ਪੈਸਿਆਂ ਦਾ ਆਦਾਨ ਪ੍ਰਦਾਨ ਕਰ ਰਹੇ ਹਾਂ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਸਾਲ 2023 ਦਾ ਡੇਟਾ ਜਾਰੀ ਕੀਤਾ ਗਿਆ ਅਤੇ ਇਸ ਦੇ ਮੁਤਾਬਕ ਇਕੱਲੇ ਨਵੰਬਰ ਮਹੀਨੇ ਦੇ ਵਿੱਚ ਹੀ 17 ਬਿਲੀਅਨ ਤੋਂ ਜ਼ਿਆਦਾ UPI ਰਾਹੀਂ ਟ੍ਰਾਂਜੈਕਸ਼ਨਸ ਕੀਤੀਆਂ ਗਈਆਂ ਨੇ। ਕਈ ਵਾਰ ਅਜਿਹਾ ਵੀ ਹੋ ਜਾਂਦਾ ਕਿ ਅਸੀਂ ਪੇਮੈਂਟ ਕਰਨੀ ਕਿਸੇ ਹੋਰ ਨੂੰ ਸੀ ਅਤੇ ਹੋ ਕਿਤੇ ਹੋਰ ਗਈ ਜਾਂ ਫਿਰ ਪੇਮੈਂਟ ਅਟਕ ਗਈ ਹੈ। ਅਜਿਹੇ ਦੇ ਵਿੱਚ ਤੁਸੀਂ ਸਿਰਫ 4 ਘੰਟਿਆਂ 'ਚ ਰਿਫੰਡ ਪਾ ਸਕਦੇ ਹੋ। UPI ਟ੍ਰਾਂਜੈਕਸ਼ਨ ਨੂੰ ਲੈ ਕੇ ਹੋਰ ਵੀ ਕਈ ਨਿਯਮ ਲਿਆਂਦੇ ਗਏ ਨੇ ਜੋ ਕਿ 1 ਜਨਵਰੀ 2024 ਨੂੰ ਲਾਗੂ ਹੋ ਗਏ ਨੇ ਅਤੇ ਅਸੀਂ ਅੱਜ ਤੁਹਾਨੂੰ ਦੱਸਾਂਗੇ UPI ਨੂੰ ਲੈ ਕੇ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਜਾਰੀ ਕੀਤਾ ਗਿਆ ਗਾਈਡਲਾਈਨਸ ਕਿਹੜੀਆਂ ਨੇ ਜੋ ਕਿ ਤੁਹਾਡੇ ਕਾਫੀ ਕੰਮ ਆ ਸਕਦੀਆਂ ਨੇ। ਮੈਂ ਹਾਂ ਤਨੀਸ਼ਾ ਚੌਹਾਨ ਅਤੇ ਸਵਾਗਤ ਹੈ ਤੁਹਾਡਾ BBC ਨਿਊਜ਼ ਪੰਜਾਬੀ ਦੇ ਵਿੱਚ। ਜਿਹੜੀਆਂ UPI ID ਭਾਵੇਂ ਉਹ ਗੂਗਲ ਪੇ ਹੋਏ, ਪੇਟੀਐਮ ਜਾਂ ਫੋਨਪੇ ਪਿਛਲੇ 1 ਸਾਲ ਤੋਂ ਐਕਟਿਵ ਨਹੀਂ ਹਨ, ਯਾਨੀ ਕਿ ਜਿਨ੍ਹਾਂ ਦੇ ਵਿੱਚ ਪਿਛਲੇ 1 ਸਾਲ ਤੋਂ ਪੈਸਿਆਂ ਦਾ ਕੋਈ ਵੀ ਆਦਾਨ ਪ੍ਰਦਾਨ ਨਹੀਂ ਹੋਇਆ, ਉਹਨਾਂ ਨੂੰ ਡੀਐਕਟੀਵੇਟ ਕਰ ਦਿੱਤਾ ਜਾਵੇਗਾ। ਇਸ ਲਈ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਅਕਾਊਂਟ ਐਕਟਿਵ ਨਹੀਂ ਹੈ ਉਹਨਾਂ ਤੋਂ ਕੋਈ ਵੀ ਫਰੋਡ ਟ੍ਰਾਂਜੈਕਸ਼ਨ ਯਾਨੀ ਕਿ ਫਰਜ਼ੀ ਟ੍ਰਾਂਜੈਕਸ਼ਨ ਨਾ ਹੋਵੇ। ਪਹਿਲਾਂ ਤੁਸੀਂ 1 ਦਿਨ ਦੇ ਵਿੱਚ ਵੱਧ ਤੋਂ ਵੱਧ 1 ਲੱਖ ਰੁਪਏ ਦੀ ਪੇਮੈਂਟ UPI ਰਾਹੀਂ ਕਰ ਸਕਦੇ ਸੀ, ਪਰ ਹੁਣ ਇਹ ਲਿਮਿਟ ਵਧਾ ਕੇ 5 ਲੱਖ ਕਰ ਦਿੱਤੀ ਗਈ ਹੈ। 5 ਲੱਖ ਦੀ ਇਹ ਲਿਮਿਟ ਹਸਪਤਾਲਾਂ ਅਤੇ ਸਿੱਖਿਅਕ ਅਦਾਰਿਆਂ ਦੇ ਲਈ ਹੈ। ਜੇਕਰ ਤੁਸੀਂ ਆਪਣੇ ਵਾਲਟ ਤੋਂ 2000 ਤੋਂ ਜ਼ਿਆਦਾ ਦੀ ਟ੍ਰਾਂਜੈਕਸ਼ਨ ਕਰਦੇ ਹੋ ਤਾਂ ਤੁਹਾਨੂੰ 1.1% ਟ੍ਰਾਂਜੈਕਸ਼ਨ ਫੀਸ ਦੇਣੀ ਪਵੇਗੀ, ਪਰ ਨਵੇਂ ਨਿਯਮਾਂ ਦੇ ਵਿੱਚ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਇਹ ਟ੍ਰਾਂਜੈਕਸ਼ਨ ਫੀਸ ਆਮ ਲੋਕਾਂ 'ਤੇ ਲਾਗੂ ਨਹੀਂ ਹੋਏਗੀ ਪਰ ਬਿਜ਼ਨਸ ਟ੍ਰਾਂਜੈਕਸ਼ਨ 'ਤੇ ਲਾਗੂ ਹੋਏਗੀ। ਜਿਵੇਂ ਤੁਸੀਂ ਕਿਸੇ ATM ਦੇ ਵਿੱਚ ਜਾ ਕੇ ਡੈਬਿਟ ਕਾਰਡ ਦੇ ਨਾਲ ਪੈਸੇ ਕਢਵਾ ਸਕਦੇ ਹੋ, ਉਸੇ ਤਰ੍ਹਾਂ ਹੁਣ UPI ATM ਲਗਾਏ ਜਾਣਗੇ ਜਿਸ ਦੇ ਵਿੱਚ ਤੁਸੀਂ UPI QR ਕੋਡ ਦੇ ਨਾਲ ਪੈਸੇ ਕਢਵਾ ਸਕੋਗੇ। ਅਤੇ ਜੇਕਰ ਤੁਹਾਡੇ ਕੋਲੋਂ ਕੋਈ ਗਲਤ ਨੰਬਰ 'ਤੇ ਪੈਸੇ ਭੇਜੇ ਗਏ ਨੇ ਤਾਂ ਘਬਰਾਓ ਨਹੀਂ, ਕਿਉਂਕਿ ਹੁਣ ਨਵੇਂ ਨਿਯਮਾਂ ਦੇ ਮੁਤਾਬਕ ਤੁਹਾਡੇ ਵਾਲਟ ਜਾਂ ਬੈਂਕ ਖਾਤੇ ਦੇ ਵਿੱਚ ਸ਼ਿਕਾਇਤ ਦਰਜ ਕਰਨ ਦੇ 4 ਘੰਟਿਆਂ ਤੋਂ ਪਹਿਲਾਂ ਹੀ ਇਸਦਾ ਰਿਫੰਡ ਆ ਜਾਵੇਗਾ। ਇਹ ਸਾਰੇ ਨਿਯਮ 1 ਜਨਵਰੀ 2024 ਤੋਂ ਲਾਗੂ ਹੋ ਚੁੱਕੇ ਨੇ। ਉਮੀਦ ਕਰਦੇ ਹਾਂ ਕਿ ਇਹ ਰਿਪੋਰਟ ਤੁਹਾਡੇ ਕਾਫ਼ੀ ਕੰਮ ਆਏਗੀ। ਹੋਰ ਵੀ ਅਹਿਮ ਖ਼ਬਰਾਂ ਦੇ ਲਈ ਤੁਸੀਂ ਸਾਡੀ ਵੈਬਸਾਈਟ ਜੋ ਕਿ bbc.com/punjabi 'ਤੇ ਜਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਡੇ YouTube ਚੈਨਲ ਅਤੇ Facebook ਪੇਜ 'ਤੇ ਵੀ ਜਾ ਸਕਦੇ ਹੋ, ਸਾਡੇ X ਹੈਂਡਲ ਅਤੇ Instagram ਹੈਂਡਲ 'ਤੇ ਵੀ ਜਾ ਸਕਦੇ ਹੋ।